ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾ ਐਂਡ ਟੈਂਪਲਸ ਆਫ ਪਾਕਿਸਤਾਨ, ਪੰਜਾਬ ਪੇਜ, ਯੇ ਮੇਰਾ ਪਾਕਿਸਤਾਨ, ਸਿੱਖ ਪੀਰੀਅਡ ਫੂਡ ਸੈਪਸ ਇਨ ਪਾਕਿਸਤਾਨ ਐਂਡ ਖੋਰੇ ਸੱਚ 47 ਦੇ ਐਬਿਟਰ ਟੂਥ ਆਫ 1947। 1947 ਤੋਂ ਪਹਿਲੇ ਇਹ ਜਿਹੜੀ ਜਗ੍ਹਾ ਤੁਹਾਨੂੰ ਇਹ ਸਾਰੀ ਨਜ਼ਰ ਆ ਰਹੀ ਹੈ, ਇੱਥੇ ਪ੍ਰਾਇਮਰੀ ਸਕੂਲ ਹੁੰਦਾ ਸੀ। ਪ੍ਰਾਇਮਰੀ ਸਕੂਲ ਦੇ ਵਿੱਚ ਇੱਕ ਸਰਦਾਰ ਮਹਿੰਦਰ ਸਿੰਘ ਸਾਹਿਬ ਜਿਹੜੇ ਨੇ, ਗ੍ਰੈਂਡ ਫਾਦਰ ਨੇ ਸਰਦਾਰ ਅਜੇ ਪਾਲ ਪਟਵਾਰੀ ਦੇ, ਹਾਲ ਮੁਕਾਮ ਅੰਮ੍ਰਿਤਸਰ ਦੇ ਵਿੱਚ ਨੇ, ਔਰ ਉਹਨਾਂ ਦੇ ਪੋਤੇ ਜਿਹੜੇ ਨੇ ਉਹ ਇਸ ਵੇਲੇ ਚਲੇ ਗਏ ਨੇ ਆਸਟ੍ਰੇਲੀਆ ਮੈਲਬਰਨ ਤੋਂ, ਮੇਰੇ ਦੋਸਤ ਨੇ। ਉਹਨਾਂ ਨੇ ਮੈਨੂੰ ਇਹ ਫੁੱਟਸਟੈਪ ਖੋਜਣ ਵਾਸਤੇ ਕਿਹਾ ਹੈ ਕਿ ਮੇਰੇ ਫੋਰ ਫਾਦਰਸ ਦੇ ਜਿਹੜੇ ਫੁੱਟਸਟੈਪਸ ਨੇ ਉਹ ਲੱਭ ਕੇ ਲਿਆਓ ਜੀ। ਇਹ ਦੇਖੋ ਤੁਸੀਂ, ਇਹ ਸਾਰੀ ਜਗ੍ਹਾ ਜ਼ਰਾ ਅੱਗੇ ਤੱਕ ਦੇਖੋ, ਇਹ ਸਾਰੀ ਜਗ੍ਹਾ ਜਿਹੜੀ ਸੀ ਇਹ ਸਕੂਲ ਦੀ ਸੀ। ਸਕੂਲ ਪੂਰਾ ਇੱਕ ਕਿੱਲੇ ਦੇ ਵਿੱਚ ਪੂਰਾ ਸਕੂਲ ਸੀ, ਇੱਕ ਏਕੜ ਜਿਹੜਾ ਸੀ ਸਕੂਲ ਦੀ ਜ਼ਮੀਨ ਸੀ। ਲੇਕਿਨ ਸਮੇਂ ਖਤਮ ਹੋਇਆ, ਵਕਤ ਖਤਮ ਹੋਇਆ, ਚੀਜ਼ਾਂ ਖਤਮ ਹੋਈਆਂ, ਸਕੂਲ ਵੀ ਖਤਮ ਹੋ ਗਿਆ। ਹੁਣ ਪ੍ਰਾਇਮਰੀ ਸਕੂਲ ਤਾਂ ਹੈ ਪਿੰਡ ਦੇ ਵਿੱਚ, ਲੇਕਿਨ ਉਹ ਪਿੰਡੋਂ ਬਾਹਰ ਚਲਾ ਗਿਆ। ਇਹੀ ਉਹ ਜਗ੍ਹਾ ਜਿੱਥੇ ਕਦੀ ਸਕੂਲ ਹੁੰਦਾ ਸੀ। ਉਹ ਸਾਹਮਣੇ ਬਾਬਾ ਫੱਲਾ ਜੀ ਦੇ ਜਿਹੜੇ ਪੋਤੇ ਨੇ ਉਹ ਖਲੋਤੇ ਨੇ, ਹਾਜੀ ਨਜ਼ੀਰ ਸਾਹਿਬ। ਉਹਨਾਂ ਨੇ ਦੱਸਿਆ ਕਿ ਵੀ ਇਹ ਗਲੀ ਦੇ ਜਿਹੜਾ ਇਹ ਸੀ ਸਕੂਲ ਸੀ, ਇੱਥੇ ਪ੍ਰਾਇਮਰੀ ਸਕੂਲ ਸੀ, ਇੱਥੇ ਸਰਦਾਰ ਮਹਿੰਦਰ ਸਿੰਘ ਹੁਣੀ ਜਿਹੜੇ ਨੇ ਉਹਨਾਂ ਨੇ ਪ੍ਰਾਇਮਰੀ ਕੀਤੀ ਸੀ। ਪ੍ਰਾਇਮਰੀ ਕਰਨ ਤੋਂ ਬਾਅਦ ਉਹ ਮੈਟ੍ਰਿਕ ਕਰਨ ਵਾਸਤੇ ਗੁਰੂ ਨਾਨਕ ਖਾਲਸਾ ਹਾਈ ਸਕੂਲ ਚਲੇ ਗਏ ਸੀ ਨਨਕਾਣਾ ਸਾਹਿਬ, ਔਰ ਉੱਥੋਂ ਫਿਰ ਉਹਨਾਂ ਨੇ ਜਾ ਕੇ FA ਜਿਹੜੀ ਸੀ ਪੜ੍ਹੀ ਸੀ ਉਹ ਲਾਇਲਪੁਰ ਸਕੂਲ ਤੋਂ, ਮੈਂ ਲਾਇਲਪੁਰ ਕਾਲਜ ਤੋਂ। ਮੈਂ ਅੱਜ ਲਾਇਲਪੁਰ ਕਾਲਜ 'ਤੇ ਨਹੀਂ ਦਿਖਾਵਾਂਗਾ, ਲੇਕਿਨ ਤੁਹਾਨੂੰ ਮੈਂ ਇਹ ਤੁਹਾਡੀ ਯਾਦ ਤਾਜ਼ਾ ਕਰਵਾ ਦਿੰਦਾ ਵਾਂ ਕਿ ਵੀ ਇਹ ਜਿਹੜੀ ਗਲੀ ਸੀਗੀ, ਇਹ ਗਲੀ ਸੀ, ਇਹਦੇ ਵਿੱਚ ਤੁਹਾਡਾ ਜਿਹੜਾ ਸੀ ਉਹ ਸਕੂਲ ਸੀ, ਮੌਜੂਦ ਸੀ। ਇਹ ਕਾਰਨ ਹੁਣ ਬਣੇ ਹੋਏ ਨੇ, ਕਾਫੀ ਜ਼ਿਆਦਾ ਸਾਰੇ ਕਾਰਨ ਹੈ। ਹੁਣ ਤਾਂ ਕੁਛ ਕਿਹਾ ਨਹੀਂ ਜਾ ਸਕਦਾ ਕਿ ਵੀ ਸਕੂਲ ਦੇ ਮੁਤਲਕ ਜਾਂ ਜਗ੍ਹਾ ਜਿਹੜੇ ਲੋਕ ਇੱਥੋਂ, ਕੁਝ ਲੋਕ ਮਾਈਗ੍ਰੇਟਿਡ ਆਏ ਸਨ, ਜ਼ਿਆਦਾ ਲੋਕ ਜਿਹੜੇ ਇੱਥੇ ਦੱਸਿਆ ਜਾ ਰਿਹਾ ਉਹ ਕਰਨਾਲ ਵਾਲੀ ਸਾਈਡ ਤੋਂ ਆਏ ਨੇ ਜਾਂ ਕਪੂਰਥਲਾ ਸਟੇਟ ਤੋਂ ਇੱਥੇ ਜਿਹੜੇ ਨੇ ਮਾਈਗ੍ਰੇਟ ਹੋ ਕੇ ਆਏ ਨੇ, ਜ਼ਿਆਦਾ ਘਰ ਮਾਈਗ੍ਰੇਟਿਡ ਨੇ ਇੱਥੇ। ਉਹ ਮਾਈਗ੍ਰੇਟਿਡ ਲੋਕਾਂ ਨੂੰ ਜਿਹੜੀ ਲੈਂਡ ਅਲਾਟ ਹੋਈ ਸੀ ਉਹਦੇ ਵਿੱਚ ਮੇਰਾ ਖਿਆਲ ਹੈ ਸਕੂਲ ਵੀ ਪੈਂਦਾ ਸੀ, ਇਸ ਵਾਸਤੇ ਇੰਨੇ ਜ਼ਿਆਦਾ ਸਾਰੇ ਘਰ ਜਿਹੜੇ ਅੱਜ ਹੈ ਇਸ ਸਕੂਲ ਦੇ ਵਿੱਚ। ਇੱਕ ਬਾਜ਼ਾਰ 'ਚੋਂ ਸ਼ੁਰੂ ਹੋ ਕੇ ਦੂਸਰੇ ਬਾਜ਼ਾਰ ਤੱਕ ਜਿਹੜੀ ਹੈ ਲੈਂਡ ਪੂਰੀ ਜਾਂਦੀ ਹੈ। ਇਹ ਦੇਖੋ ਤੁਸੀਂ ਫਜ਼ਾਨ ਭਾਈ, ਇਹ ਪੂਰੀ ਗਲੀ ਜਿਹੜੀ ਹੈ ਸਕੂਲ ਦਾ ਸੈਂਟਰ ਹੈ ਸਮਝ ਲਓ। ਇਹਦੇ ਪਿੱਛੇ ਵੀ ਜਿਹੜੀ ਆਬਾਦੀ, ਜਿਹੜੀ ਮੇਨ ਸਟਰੀਟ ਜਿਹੜੀ ਲੱਗ ਰਹੀ ਹੈ ਉਹ ਵੀ ਵਿੱਚ ਸਕੂਲ ਦੇ ਵਿੱਚ ਸ਼ਾਮਿਲ ਹੈ, ਔਰ ਇਹ ਜਗ੍ਹਾ ਵੀ ਸਕੂਲ ਦੇ ਵਿੱਚ ਸ਼ਾਮਿਲ ਹੈ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਪੰਜਾਬ ਵਿੱਚ, ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਯੇ ਹੈ ਮੇਰਾ ਪਾਕਿਸਤਾਨ, ਤਮਾਮ ਪੇਜਿਸ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ। ਔਰ ਅੱਜ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਜਗ੍ਹਾ ਉਹ ਜਿਹੜੀ ਜਿੱਥੇ ਕਦੀ ਪ੍ਰਾਇਮਰੀ ਸਕੂਲ ਹੁੰਦਾ ਸੀ, ਆਪਣਾ ਚੱਕ 565 ਕਲੰਦਰਾਂ ਵਾਲਾ ਦਾ, ਤਕਰੀਬਨ 12 ਕਿਲੋਮੀਟਰ ਔਰ 4 ਕੋਹ ਪੈਂਦਾ ਆਪਣਾ ਨਨਕਾਣਾ ਸਾਹਿਬ ਤੋਂ। ਅਤੇ ਮੈਂ ਫਿਰ ਹਾਜ਼ਰ ਹੋਵਾਂਗਾ ਹਾਜੀ ਨਜ਼ੀਰ ਸਾਹਿਬ ਦੀ ਗਾਈਡਲਾਈਨ ਦੇ ਉੱਤੇ। ਮੈਂ ਖੋਰੇ ਸੱਚ ਜਿਹੜੇ ਨੇ ਉਹ ਲੱਭ ਰਿਹਾ ਵਾਂ, ਕੁਛ ਬਿਟਰ ਟਰੁੱਥ ਨੇ, ਕੁਛ ਮਿੱਠੇ ਟਰੁੱਥ ਨੇ। ਅਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਅੱਜ ਜਿਹੜਾ ਕਾਫੀ ਚੀਜ਼ਾਂ ਜਿਹੜੀਆਂ ਨੇ ਨਵੀਆਂ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਵਾਂ। ਮੇਰੇ ਨਾਲ ਨੇ ਅੱਜ ਫੈਜ਼ਾਨਾਬਾਦ ਲਾਹੌਰ ਦਾ ਖੋਜੀ, ਉਸ ਤੋਂ ਬਾਅਦ ਐਡੀਟਰ ਨੇ ਪਿਆਰੇ ਨਨਕਾਣੇ ਦੇ ਰੰਗ ਦੇ, ਔਰ ਉਸ ਤੋਂ ਨਾਲ ਮੇਰੇ ਅਹਿਸਾਨ ਮਿਰਜ਼ਾ ਸਾਹਿਬ ਨੇ, ਅਹਿਮਦ ਹਸਨ, ਇਹ ਸਭ ਲੋਕ ਮੈਨੂੰ ਲਾਹੌਰ ਤੋਂ ਜੁਆਇਨ ਕਰਨ ਵਾਸਤੇ ਆਏ ਨੇ, ਕੁਛ ਨਨਕਾਣਾ ਤੋਂ ਜੁਆਇਨ ਕਰਨ ਲਈ ਆਏ ਨੇ, ਔਰ ਮੈਂ ਤੁਹਾਡਾ ਆਪਣਾ ਹੋਸਟ ਇਸਲਾਮਾਬਾਦ ਤੋਂ ਆਇਆ ਹਾਂ ਬਾਬਾ ਜੀ। ਫਿਰ ਮਿਲਾਂਗੇ ਕਿਸੇ ਹੋਰ ਨਵੀਂ ਪਲੇਸਿਸ ਦੇ ਨਾਲ, ਕਿਸੇ ਦੇ ਸੋਹਣੇ ਫੁੱਟਸਟੈਪਸ, ਕਿਸੇ ਦੀਆਂ ਸੋਹਣੀਆਂ ਯਾਦਾਂ, ਕਿਸੇ ਦੀਆਂ ਖੋਰੀਆਂ ਯਾਦਾਂ ਲੈ ਕੇ ਦੁਬਾਰਾ ਮੈਂ ਹਾਜ਼ਰ ਹੋਵਾਂਗਾ। ਸੋਹਣੇ ਅਤੇ ਮਿੱਠੇ ਰੰਗ ਲਾਉਣ ਲਈ।